Oh, ja, da bin ich ja da. Hallo, ja. 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 Hallo, ਯਾਰ ਭੁੱਖ ਲੱਗੀ ਹੋਈ ਸੀ, ਸਵਾਦ ਸਵੂਦ ਤਾਂ ਠੀਕ ਸੀ। ਲੈ ਜੇ ਸਵਾਦ ਲੱਗੀ ਤਾਂ ਹੀ ਪੰਜ ਰੋਟੀਆਂ ਖਾਧੀਆਂ ਤੁਸੀਂ। ਯਾਰ ਭੁੱਖ ਲੱਗੀ ਹੋਈ ਸੀ ਤਾਂ ਪੰਜ ਰੋਟੀਆਂ ਖਾਧੀਆਂ। ਤੇਰੀ ਕੀ ਮਤਲਬ ਹੈ? ਉਹ ਕੜੀ ਪਈ ਸੀ ਯਾਰ, ਯਾਨੀ ਕਿ ਮੇਰੇ ਬਣਾਈ ਸਵਾਦ ਨਹੀਂ ਲੱਗੀ। ਯਾਰ ਦੇਖ, ਭੁੱਖ ਦੇ ਵਿੱਚ ਨਾ ਬੰਦੇ ਨੂੰ ਛੋਲੇ ਵੀ ਬਦਾਮ ਲੱਗਦੇ ਹੁੰਦੇ ਨੇ। ਓਕੇ, ਹਾਂ ਤਾਂ ਠੀਕ ਹੈ। ਹੁਣ ਜਦ ਵੀ ਭੁੱਖ ਲੱਗਿਆ ਕਰੂੰ ਨਾ, ਮੈਂ ਤੁਹਾਨੂੰ ਛੋਲੇ ਲਿਆ ਕੇ ਦੇਵੇ ਕਰੂੰ, ਚਰ ਲਿਆ ਕਰਿਓ। ਕਹਾਵਤ ਹੁੰਦੀ ਹੈ ਯਾਰ, ਕਹਾਵਤ ਹੁੰਦੀ ਹੈ ਇੱਕ ਤਾਂ ਇਹਨਾਂ ਕੁਛ ਬਣਾਓ ਮਰੋ ਤੇ ਆਹ ਸੁਣਨ ਨੂੰ ਮਿਲ ਜਾਓ। ਲੈ ਬੈਠ ਪਰੇ ਹੋ, ਮੈਨੂੰ ਲੋੜ ਹੈ ਤੁਹਾਡੇ ਨਾਲ ਬੈਠਣ ਦੀ, ਮੈਨੂੰ ਆਪਣੇ ਬਥੇਰਾ ਕੁਝ ਦੇਖਣ ਕਰਨ ਨੂੰ ਹੈਗਾ। ਜਿੰਨਾ ਮਰਜ਼ੀ ਇਹਨਾਂ ਨੂੰ ਨਹੀਂ, ਮਤਲਬ ਜਿੱਦਾਂ ਦਾਲ ਦੀ ਹੁਣ ਤੇਰੀ ਤਾਰੀਫ ਨਹੀਂ ਕੀਤੀ ਵੀ ਵਧੀਆ ਬਣ ਗਈ ਤਾਂ ਫਿਰ ਤੂੰ ਗੁੱਸੇ। ਇੱਕ ਤਾਂ ਤੁਹਾਨੂੰ ਜਾਣੀ ਨੂੰ ਨਾ ਜੇ ਸਹੀ ਗੱਲ ਦੱਸੋ, ਸਹੀ ਫੀਡਬੈਕ ਦਿਓ ਤਾਂ ਤੁਸੀਂ ਤੜਫ ਨਹੀਂ। ਰਹਿਣ ਦੋ ਮੇਰੀਆਂ ਫੀਡਬੈਕਾਂ ਨੂੰ, ਦੁਨੀਆਂ ਦਿੰਦੀ ਹੈ ਫੀਡਬੈਕਾਂ ਬਥੇਰੀਆਂ ਚੰਗੀਆਂ ਦਿੰਦੀਆਂ ਦੁਨੀਆਂ। ਇੱਕ ਤਾਂ ਧੋ ਹੀ ਨਹੀਂ ਸਕਦਾ, ਮੈਂ ਤਾਂ ਵੀ ਸਿੱਧਾ ਬੰਦਾ, ਸੱਚੀ ਗੱਲ ਚਾਹੇ ਥੋੜੇ ਸਿਰ ਲੱਗੇ ਮੱਥੇ ਲੱਗੇ ਕਹਿ ਦੇਣੀ ਆਪਾਂ ਤਾਂ। ਨਾਲ ਤਾਂ ਤੁਸੀਂ ਸਾਰੇ ਕੁੱਕਰ ਖਾਲੀ ਕਰ ਦਿੰਦੇ ਹੋ, ਸਾਰਾ ਟੱਬਰ ਚੱਟ ਚੱਟ ਕੇ, ਫਿਰ ਕਹਿ ਦੇਣਗੇ ਸਵਾਦ ਨਹੀਂ ਬਣੀ, ਫਿਰ ਖਾਂਦੇ ਕਰੋ, ਦੱਸ ਦਿਓ, ਛੱਡ ਦਿਆ ਕਰੋ। ਹੋ ਗਿਆ ਹੋ ਗਿਆ। ਆਵਾਜ਼ ਨੂੰ ਕੀ ਹੋਇਆ ਤੁਹਾਡੇ ਨੂੰ? ਆਵਾਜ਼ ਮੇਰੀ ਬਹਿ ਗਈ। ਫਿਰ ਘੱਟ ਬੋਲਿਆ ਕਰੋ। ਘੱਟ ਬੋਲਣਾ ਨਹੀਂ, ਬੋਲਣ ਦਾ ਤਾਂ ਮੌਕਾ ਨਹੀਂ ਦਿੰਦੀ ਤਾਂ ਬਹਿ ਗਈ। ਆਵਾਜ਼ ਵੀ ਕਹਿੰਦੀ ਹੋਈ, ਕਹਿੰਦੀ ਹੋ ਗਈ ਹੁਣ, ਤੈਨੂੰ ਬੋਲਣ ਦਾ ਫਾਇਦਾ ਤਾਂ ਕੋਈ ਤਰ੍ਹਾਂ ਹੈ ਨਹੀਂ। ਮੈਂ ਬੈਠ ਹੀ ਜਾਂਦੀ ਹਾਂ, ਦੋ ਮਿੰਟ ਆਰਾਮ ਕਰ ਲੂੰਗੀ। ਬਸ ਵੀ ਕਰਿਆ ਕਰੋ, ਇੰਨਾ ਕੁਫਰ ਨਾ ਤੋਲਿਆ। ਆ ਮਾਈ ਗੋਡ, ਮਾਈ ਗੋਡ, ਕੁਫਰ ਨਾ ਤੋਲਿਆ ਕਰੋ। ਜਿਹੜੀ ਕਹਿੰਦੇ ਪਾਣੀ ਚੱਲਦਾ ਚੰਗਾ ਹੁੰਦਾ, ਆਵਾਜ਼ ਵੀ ਜੇ ਬੰਦਾ ਮਾੜਾ ਮੋਟਾ ਬੋਲਦਾ ਰਹੂ ਤਾਂ ਹੀ ਚੰਗੀ ਹੁੰਦੀ ਆ। ਮੇਰੇ ਅਰਗ ਬੋਲਣ ਦਾ ਮੌਕਾ ਨਹੀਂ ਮਿਲਣਾ। ਬੋਲੋ, ਤੁਸੀਂ ਬੋਲੋ, ਬੋਲੀ ਜਾਓ ਇਕੱਲੇ ਬੈਠੇ ਕੰਮ। ਸੈਮੀ, ਸੱਚ ਮੈਂ ਤੁਹਾਨੂੰ ਪੁੱਛਣਾ ਭੁੱਲ ਗਈ, ਮੇਰੇ ਬਾਲ ਕਿੱਦਾਂ ਲੱਗ ਰਹੇ ਨੇ ਅੱਜ? ਦੱਸੋ ਹੁਣ, ਦੇਖੇ ਵੀ ਹੈ ਤੁਸੀਂ? ਚੱਜ ਨਾਲ ਦੇਖੋ, ਫਿਰ ਤੁਹਾਨੂੰ ਪਤਾ ਲੱਗੂਗਾ। ਬੋਲੋ, ਉਹ ਬੋਲ ਪੋ, ਬੋਲ ਪੋ, ਬੋਲ ਪੋ, ਬੋਲ ਪੋ, ਕਿੱਦਾਂ ਲੱਗ ਰਹੇ ਨੇ? ਇੱਥੇ ਤਾਂ ਲੋੜ ਹੈ ਬੋਲਣ ਦੀ। ਆਵਾਜ਼ ਖਰਾਬ ਹੈ ਮੇਰੀ, ਲਓ ਮੈਂ ਮਲ ਦਿੰਦੀ, ਮੈਂ ਮਲ ਦਿੰਦੀ। ਨਹੀਂ ਬੋਲੋ, ਦੱਸੋ। ਨਹੀਂ ਨਹੀਂ ਨਹੀਂ, ਮੇਰੀ ਆਵਾਜ਼ ਖਰਾਬ ਆ। ਨਹੀਂ ਨਹੀਂ, ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਮਲਦੀ। ਨਹੀਂ ਨਹੀਂ ਨਹੀਂ, ਬੋਲ ਬੋਲ ਹੋਊਗਾ, ਨਹੀਂ ਹੋਊਗਾ ਕਿ ਮੈਂ ਨਹੀਂ ਹੋਊਗਾ, ਬੋਲ ਹੋਊਗਾ, ਬੋਲ। ਮੈਂ ਕਢਾਉਣੀ ਆਵਾਜ਼ ਤੁਹਾਡੀ, ਨਿਕਲੀ ਨਾ, ਨਿਕਲੀ ਨਾ। ਹਾਂ ਦੱਸ, ਕਿੱਦਾਂ ਲੱਗ ਰਿਹਾ? ਸੱਚ ਬੋਲ ਦੇਣਾ, ਮੇਰੀ ਆਵਾਜ਼ ਸੱਚ ਸੱਚ ਬੋਲਦੀ ਹੈ, ਸੱਚ। ਹਾਂ ਸੱਚ ਬੋਲ। ਜਿੱਕਣ ਭੇਡ ਨਹੀਂ ਨਲਾ ਕੇ ਬਾਹਰ ਕੱਢੀ ਹੁੰਦੀ ਨਹਿਰ ਚੋਂ, ਉਹ ਜੀ ਬਾਹਰ ਨਹੀਂ ਤੇਰੀ। ਸ਼ਰਮ ਤਾਂ ਨਹੀਂ ਆਉਂਦੀ? ਦੁਨੀਆ ਪੈਸੇ ਫੂਕਦੀ ਬਾਹਰ ਜਾ ਕੇ ਇਹੋ ਜਿਹਾ ਕੁਛ ਕਰਾਉਣ ਨੂੰ, ਜਿਹੜੇ ਮੈਂ ਆਪ ਕਰ ਲੈਂਦੀ ਹਾਂ। ਕਿਉਂ ਫੂਕਦੀ ਆ? ਟੋਬੇ ਸਿਰ ਪਾਲਣਾ ਸੀ, ਆਪ ਹੀ ਹੋ ਜਾਣੇ ਸੀ ਹਜੇ, ਪੈਸੇ ਲਾਉਣ 300-400 ਡਾਲਰ। ਅੱਛਾ ਦੱਸੋ, ਕਰਿਆ ਕੀ ਆ? ਮੈਂ ਤਾਂ ਕਰਿਆ ਕੀ ਆ ਦੱਸੋ, ਕੁਛ ਨਹੀਂ ਪਤਾ ਮੇਰੇ। ਸਾਡੇ ਅਰਗੇ ਜਦੋਂ ਕੁੰਡਲਾ ਪਾਉਂਦੇ ਸੀ ਨਾ ਸਿਰ 'ਤੇ, ਅਸੀਂ ਪੈਸੇ ਨਹੀਂ ਖਰਚਦੇ ਸੀ, ਅਸੀਂ ਸਿਰ 'ਤੇ ਨਾ ਐਂ ਐਂ ਹੱਥ ਰੱਖ ਕੇ ਬਣਦੇ, ਐਂ ਕਰ ਦਿੰਦੇ ਸੀ। ਮੇਰੇ ਨਾਲ ਖਰਾਬ ਕਰੋ, ਕੁੰਡਲਾ ਪਹਿਨਦੇ ਤੁਸੀਂ, ਪੈਸੇ ਦੇ ਕੁੰਡਲਾ ਵਰਤਦੇ। ਚਲੋ ਠੀਕ ਹੈ ਫਿਰ, ਹੁਣ ਨਾ ਤੁਸੀਂ ਬੋਲਿਓ ਹੀ ਨਾ, ਆਪਣੀ ਪਗਾਈ ਲਓ, ਮੈਂ ਤੁਹਾਨੂੰ ਨਾ ਕਿੱਦਾਂ ਕਰ ਸਕਦੀ। ਹੈਲੋ, ਹਾਂਜੀ ਮੰਮਾ, ਮੈਂ ਕਹਿ ਰਹੀ ਸੀ ਕਿ ਤੁਸੀਂ ਨਾ ਮੇਰੇ ਕੋਲ 10-15 ਦਿਨ ਲਾ ਹੀ ਲਓ।